ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਦਿੱਲੀ ਮੋਰਚੇ ਤੋਂ ਜੋ ਐਲਾਨ ਹੋਇਆ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈ ਕੇ ਅੱਜ ਲੁਧਿਆਣਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਕਿਸਾਨ ਯੂਨੀਅਨ ਦੇ ਆਗੂ ਅੱਜ ਵੱਡੀ ਗਿਣਤੀ ਜਿਹੜੇ ਦਿੱਲੀ ਕੂਚ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀਆਂ ਟਰਾਲੀਆਂ ਦਿੱਲੀ ਪਹੁੰਚਣਗੀਆਂ ਜਿਸ ਦੇ ਵਿੱਚ ਜਿਹੜੇ ਲੋਕ ਨੇ ਉਹ ਸ਼ਾਮਲ ਹੋਣਗੇ ਕਿਹਾ ਜਾ ਰਿਹਾ ਕਿ 26 ਤਰੀਕ ਨੂੰ ਜੋ ਇੱਕ ਵਿਆਹ ਰੱਖਿਆ ਗਿਆ ਕਾਕਾ ਪੰਜਾਬ ਸਿੰਘ ਦਾ ਉਹਦੇ ਵਿੱਚ ਇਹ ਲੋਕ ਬਰਾਤੀ ਸੱਜਣ ਬਣ ਕੇ ਪਹੁੰਚਣਗੇ ਤੇ ਆਓ ਅਸੀਂ ਗੱਲਬਾਤ ਕਰਦੇ ਆ ਇਹਨਾਂ ਲੋਕਾਂ ਨਾਲ ਬਾਜੀ ਵੱਧ ਤੋਂ ਵੱਧ ਜਾ ਵੀ ਜਿੰਨਾ ਵੀ ਟ੍ਰੇਡਰ ਆ ਸਭ ਉੱਥੇ ਲੈ ਚੱਲਿਆ ਸੀ ਸੋ ਤੁਸੀਂ ਦੇਖ ਸਕਦੇ ਹੋ ਅੱਜ ਨੌਜਵਾਨ ਜਿਹੜੇ ਵੱਡੀ ਗਿਣਤੀ ਦਿੱਲੀ ਕੂਚ ਕਰ ਰਹੇ ਆ ਅੱਜ ਇਹਨਾਂ ਨੇ ਆਪਣੀ ਟਰਾਲੀ ਦੇ ਵਿੱਚ ਜਿਹੜੇ ਟਰੈਕਟਰ ਵੀ ਲੋਡ ਕੀਤੇ ਨੇ ਦਿੱਲੀ ਜਾ ਰਹੇ ਨੇ ਘਰੇ ਇਹਨਾਂ ਦੇ ਵਿਆਹ ਰੱਖਿਆ ਪਰੰਤੂ ਆਪਣੇ ਘਰ ਦਾ ਵਿਆਹ ਛੱਡ ਕੇ ਦਿੱਲੀ ਵਿਖੇ ਇਹਨਾਂ ਦਾ ਕਹਿਣਾ ਹੈ ਕਾਕਾ ਪੰਜਾਬ ਸਿੰਘ ਦੇ ਵਿਆਹ ਤੇ ਚੱਲੇ ਨੇ ਹਾਂਜੀ ਸਾਡੇ ਆਪਦੇ ਘਰੇ ਵਿਆਹ ਸੀ ਜੀ 27 ਤਰੀਕ ਦੀ ਬਰਾਤ ਸਾਡੇ ਭਰਾ ਦੀ ਚਾਚੇ ਦੇ ਲੜਕੇ ਦੀ ਪਰ ਅਸੀਂ ਉਹ ਵਿਆਹ ਨਹੀਂ ਦੇਖਣਾਗਾ ਸਾਨੂੰ ਆਪਣੀ ਖੇਤੀ ਦੀ ਆਪਣੀ ਸੰਘਰਸ਼ ਦਾ ਸਾਨੂੰ ਸਭ ਤੋਂ ਵੱਧ ਜ਼ਰੂਰੀ ਆ ਕਿਉਂਕਿ ਜੇ ਅਸੀਂ ਸੰਘਰਸ਼ ਨਾ ਜਿੱਤਿਆ ਤਾਂ ਮੁੜ ਕੇ ਸਾਡੀ ਆਉਣ ਵਾਲੀਆਂ ਨਸਲਾਂ ਸਾਰੀਆਂ ਖਤਮ ਹੋ ਜਾਣਗੀਆਂ ਕਿਉਂਕਿ ਜੋ ਸਾਡੇ ਕੋਲ ਕਿੱਲਾ ਦੋ ਕਿੱਲਾ ਜ਼ਮੀਨ ਬਚਦੇ ਆ ਉਹ ਸਾਡੀਆਂ ਸਰਕਾਰਾਂ ਨੇ ਵਪਾਰੀਆਂ ਨੇ ਛੱਡਣੀ ਨਹੀਂ ਗੀ ਹੁਣ ਤਾਂ ਅਸੀਂ ਆਪਦੇ ਖੱਤੇ 'ਚ ਕੰਮ ਕਰਕੇ ਆਪਦਾ ਟਾਈਮ ਪਾਸ ਕਰਦੇ ਹਾਂ ਜੇ ਇਹ ਵਪਾਰੀ ਸਰਕਾਰ ਆ ਗਈ ਸਾਨੂੰ ਆਪਦੇ ਦਿਹਾੜੀ ਵੀ ਨਹੀਂ ਸਾਤੋਂ ਲੈ ਆਉਣੀ ਅਸਲ ਸਾਨੂੰ 50 ਰੁਪਏ ਦੇ ਕੇ ਵੀ ਇਹਨਾਂ ਨੇ ਤੋੜਨਾ ਗਾ ਹੁਣ ਤਾਂ ਅਸੀਂ ਵਧੀਆ ਆਪਦੀ ਰੋਟੀ ਖਾਂਦੇ ਹਾਂ ਤਾਂ ਆਪਦਾ ਟਾਈਮ ਪਾਸ ਕਰਦੇ ਹਾਂ ਬੱਚੇ ਪਾਲਦੇ ਹਾਂ ਫਿਰ ਸਾਡੇ ਕੋਲ ਅੱਜ ਟਰੈਕਟਰ ਟਰਾਲੀਆਂ ਸਾਡੇ ਕੋਲ ਸਾਰੇ ਬਣਵਾਏ ਹੋਏ ਨੇ ਇਹ ਸਾਡੇ ਸਾਰੇ ਇਹਨਾਂ ਨੇ ਸੋਹ ਲੈ ਜਾਣੇ ਆ ਜੇ ਅਸੀਂ ਇਹ ਸੰਘਰਸ਼ ਨਾ ਲੜਿਆ ਅਸੀਂ ਸਭ ਖਤਮ ਹੋ ਜਾਵਾਂਗੇ ਕਿਉਂਕਿ ਇਹ ਸੰਘਰਸ਼ ਸਾਨੂੰ ਮੇਨ ਜਿੱਤਣਾ ਹੀ ਚਾਹੀਦਾ ਜਿੱਤਣਾ ਚਾਹੀਦਾ ਇਸ ਟਾਈਮ ਸਾਡੇ ਪਿੰਡ 10 ਟਰੈਕਟਰ ਪੜੈਣ ਦੇ ਵਿੱਚ ਜਾ ਰਹੇ ਨੇ ਜੀ ਅਤੇ ਨਾਲ ਕੱਲ੍ਹ ਨੂੰ 26 ਤਰੀਕ ਕੱਲ੍ਹ ਨੂੰ 23 ਤਰੀਕ ਨੂੰ ਸਾਡੇ ਨਾਲ ਦੇ ਪਿੰਡ ਸਵੱਦੀ ਕਲਾਂ ਦੇ ਵਿੱਚੋਂ ਘੱਟ ਤੋਂ ਘੱਟ 300 ਟਰੈਕਟਰ ਤੁਰ ਰਿਹਾ ਬਾਜੀ ਅਸੀਂ ਮੋਦੀ ਨੂੰ ਇਹੀ ਸੁਨੇਹਾ ਦਿੰਦੇ ਹਾਂ ਵੀ ਜਾਂ ਤਾਂ ਛੇਤੀ ਮੰਨ ਜਾ ਅਗਰ ਜੇ ਨਹੀਂ ਛੇਤੀ ਤਾਂ ਮੰਨਣਾ ਜਦੋਂ ਤੂੰ ਮੰਨਣਾ ਜਦੋਂ ਮਰਜ਼ੀ ਸਾਨੂੰ ਟਾਈਮ ਲੈ ਲਾ ਅਸੀਂ ਉਸੇ ਟਾਈਮ ਤੇਰੇ ਕੋਲ ਜਾਵਾਂਗੇ ਨਹੀਂ ਉਹਨਾਂ ਜੇਕਰ ਅਸੀਂ ਘਰ ਵਾਪਸ ਨਹੀਂ ਜਾਂਦੇਗੇ ਅਸੀਂ ਇੱਥੇ ਹੀ ਬੈਠੇ ਰਹਾਂਗੇ ਜੇ ਹੁਣ ਅੱਜ ਤੱਕ ਕੋਈ ਐਸਾ ਪ੍ਰਧਾਨ ਮੰਤਰੀ ਨਹੀਂ ਆਇਆ ਜਿਹਨੇ ਸਾਨੂੰ ਦੁਖੀ ਕੀਤਾ ਵਾ ਇਹ ਦੇਸ਼ ਦਾ ਸਭ ਤੋਂ ਨਿਕੰਮਾ ਪਹਿਲਾ ਪ੍ਰਧਾਨ ਮੰਤਰੀ ਆ ਜਿਹਨੇ ਸਾਨੂੰ ਵਕਤਾਂ ਦੇ ਵਿੱਚ ਪਾ ਦਿੱਤਾ ਅਸੀਂ ਅੱਜ ਤੋਂ 10 ਸਾਲ ਪਹਿਲਾਂ ਸੋਚਦੇ ਹੁੰਦੇ ਸੀ ਦਿੱਲੀ ਕਿਵੇਂ ਜਾਵਾਂ ਯਾਰ ਕੀ ਹੁੰਦੀ ਆ ਦਿੱਲੀ ਹੁਣ ਦਿੱਲੀ ਸਾਡਾ ਬਾਹਰਲਾ ਘਰ ਬਣ ਚੁੱਕਿਆ ਅਸੀਂ ਦਿੱਲੀ ਦੋ ਟਾਈਮ ਵੀ ਦਿਹਾੜੀ ਦੇ ਵਿੱਚ ਜਾ ਸਕਦੇ ਹਾਂ ਦੋ ਟਾਈਮ ਵੀ ਵਾਪਸ ਆ ਸਕਦੇ ਹਾਂ ਹੁਣ ਅਸੀਂ ਦਿੱਲੀ ਨੂੰ ਛੱਡਾਂਗੇ ਨਹੀਂ ਜਿੰਨੇ ਸਾਡੀ ਰਾਜਧਾਨੀ ਦਿੱਲੀ ਆ ਜਿਹਦੇ ਵਪਾਰੀ ਵਰਗ ਕਬਜ਼ਾ ਕਰੀ ਬੈਠਾ ਵਾ ਅਸੀਂ ਇਹ ਛੜਾ ਕੇ ਹਟਾਂਗੇ ਵਾਪਸ ਜਾਵਾਂਗੇ ਸਾਡੇ ਗੁਰੂ ਨੇ ਇਹ ਕਿਹਾ ਵਾ ਵੀ ਜੰਗ ਜਿੱਤ ਕੇ ਵਾਪਸ ਮੋੜਨੀ ਆ ਕਿਤੇ ਵਾਪਸ ਨਾ ਮੁੜਿਓ ਸਾਡੇ ਪਰੇਡ ਦੀ 26 ਤਰੀਕ ਸਾਡੇ ਗਵਾਂਢ ਪਿੰਡ ਸਵੱਦੀ ਕਲਾਂ ਪਿੰਡ ਆਈ ਉੱਥੋਂ 23 ਤਰੀਕ ਨੂੰ ਕੱਲ੍ਹ ਨੂੰ 300 ਟਰੈਕਟਰ ਤੁਰਨਾ ਵਾ ਜੀ ਜੋ ਕਿ ਉੱਥੇ ਦਿੱਲੀ 'ਚ ਜਾ ਕੇ ਕਹਿੰਦਾ ਮੋਦੀ ਦੀ ਬਰਾਤ 'ਤੇ ਢੁਕਣਾ ਵਾ ਅੱਡੋ ਅੱਡ ਸ਼ਿੰਗਾਰ ਕੇ ਲੈ ਕੇ ਆਉਂਦੇ ਆ ਜਿਵੇਂ ਲੋਕ ਤਾਂ ਲਗਜ਼ਰੀ ਗੱਡੀਆਂ ਸ਼ਿੰਗਾਰ ਕੇ ਲੈ ਕੇ ਆਉਂਦੇ ਆ ਅਸੀਂ ਟਰੈਕਟਰ ਸ਼ਿੰਗਾਰ ਕੇ ਲੈ ਕੇ ਆਏ ਹੋਏ ਹਾਂ ਬਰਾਤ ਵਾਸਤੇ ਮੋਦੀ ਦੇ ਜਿੰਨਾ ਇੱਕ ਇਹ ਕਾਨੂੰਨ ਅਸੀਂ ਵਾਪਸ ਨਹੀਂ ਕਰਦਾ ਮੋਦੀ ਉਨਾ ਇੱਕ ਅਸੀਂ ਵਾਪਸ ਨਹੀਂ ਮੁੜਦੇਗੇ ਲੜਕੀ ਨੂੰ ਬਸ ਜੀ ਚਾਹੇ ਟਾਈਮ ਸਾਲ ਲੈ ਲੈਣ 6 ਮਹੀਨੇ ਲੈ ਲੈਣਾ 2 ਸਾਲ ਲੈ ਲੈਣਾ ਜਿੰਨਾ ਇੱਕ ਵਾਪਸ ਨਹੀਂ ਤੋੜਦੇ ਨੀਗੇ ਉਨਾ ਇੱਕ ਵਾਪਸ ਨਹੀਂ ਮੁੜਦੇਗੇ ਅਸੀਂ ਇਹਨਾਂ ਲੋਕਾਂ ਦਾ ਕਹਿਣਾ ਜਿੰਨਾ ਚਿਰ ਇਹਨਾਂ ਦਾ ਸੰਘਰਸ਼ ਕਾਮਯਾਬ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਦਿੱਲੀ ਤੋਂ ਜਿਹੜਾ ਵਾਪਸ ਘਰ ਨਹੀਂ ਆਉਣਗੇ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਟਰਾਲੀ ਦੇ ਵਿੱਚ ਇਹਨਾਂ ਵੱਲੋਂ ਉੱਥੇ ਟਰੈਕਟਰ ਲੋਡ ਕਰਕੇ ਲਿਜਾਏ ਜਾ ਰਹੇ ਆ ਵੱਡੀ ਗਿਣਤੀ ਕੱਲ੍ਹ ਨੂੰ ਵੀ ਕਿਹਾ ਗਿਆ ਕਿ ਜਿਹੜੇ 300 ਟਰੈਕਟਰ ਹੋਰ ਇਸੇ ਤਰ੍ਹਾਂ ਜਿਹੜੇ ਦਿੱਲੀ ਪਹੁੰਚਣਗੇ ਅਤੇ ਵੱਡੇ ਜਿਹੜੀ ਤਦਾਦ ਦੇ ਵਿੱਚ ਲੋਕ ਉੱਥੇ ਪਹੁੰਚਣਗੇ ਅਤੇ ਇਸ ਜਿਹੜਾ ਸੰਘਰਸ਼ ਦੇ ਵਿੱਚ ਹਿੱਸਾ ਲੈਣਗੇ ਅਤੇ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਹਨਾਂ ਦੀ ਗੱਲ ਕਦੋਂ ਸੁਣਦੀ ਹੈ ਇਹਨਾਂ ਲੋਕਾਂ ਦਾ ਕਹਿਣਾ ਜਿੰਨੀ ਦੇਰ ਤੱਕ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣੇਗੀ ਉਨੀ ਦੇਰ ਤੱਕ ਜਿਹੜੇ ਦਿੱਲੀ ਦੇ ਵਿੱਚ ਇਹਨਾਂ ਦੇ ਡੇਰੇ ਪੱਕੇ ਰਹਿਣਗੇ ਕੈਮਰਾਮੈਨ ਟਿੰਕਾ ਜੜ ਦੇ ਨਾਲ ਅਮਨਦੀਪ ਟਾਈਮ ਪੰਜਾਬ ਟੀਵੀ